5 ਕਿਲੋ 100 ਗ੍ਰਾਮ ਅਫੀਮ ਸਮੇਤ 2 ਗ੍ਰਿਫਤਾਰ। ਖੰਨਾ ਪੁਲਿਸ ਨੇ 2 ਵਿਅਕਤੀਆਂ ਨੂੰ 5 ਕਿਲੋ 100 ਗ੍ਰਾਮ ਅਫੀਮ ਸਮੇਤ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੀ ਪਹਿਚਾਣ ਸੁਮਨ ਕੁਮਾਰ ਅਤੇ ਸੌਰਵ ਕੁਮਾਰ ਦੋਨੋਂ ਵਾਸੀ ਝਾਰਖੰਡ ਵਜੋਂ ਹੋਈ ਹੈ। ਇਸ ਸਬੰਧੀ SP ਜਾਂਚ ਜਸਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਗ੍ਰਿਫਤਾਰ ਵਿਅਕਤੀਆਂ ਖਿਲਾਫ NDPS ਐਕਟ ਤਹਿਤ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਖੰਨਾ ਤੋਂ ਜੀਤ ਵੈਬ TV ਲਈ ਹਰਜਿੰਦਰ ਸਿੰਘ ਲਾਲ ਦੀ ਰਿਪੋਰਟ। ਅੱਜ ਉਸ ਵੇਲੇ ਸਾਡੇ ਨਰਕੋਟਿਕ ਐਂਟੀ ਨਰਕੋਟਿਕ ਸੈੱਲ ਦੇ ਇੰਚਾਰਜ ਸਾਊਂਡ ਬੈਟਰ ਲਾਭ ਸਿੰਘ ਨੇ ਸਪੈਸ਼ਲ ਨਾਕਾਬੰਦੀ ਦੌਰਾਨ 5 ਕਿਲੋ 100 ਗ੍ਰਾਮ ਜਿਹੜੀ ਅਫੀਮ ਬਰਾਮਦ ਕੀਤੀ ਗਈ ਹੈ। ਇਹ ਨਾਕਾ ਪ੍ਰਿਸ਼ਟਨ ਮੌਲ 'ਤੇ ਲਗਾਇਆ ਹੋਇਆ ਸੀ, ਸਪੈਸ਼ਲ ਚੈਕਿੰਗ ਚੱਲ ਰਹੀ ਸੀਗੀ, ਜਿਸ ਦੇ ਸੰਬੰਧ ਵਿੱਚ 2 ਵਿਅਕਤੀ ਜੋ ਝਾਰਖੰਡ ਦੇ ਰਹਿਣ ਵਾਲੇ ਆ ਉਹ ਗ੍ਰਿਫਤਾਰ ਕੀਤੇ ਆ, ਜਿਨ੍ਹਾਂ ਦੇ ਪਾਸੋਂ 5 ਕਿਲੋ 100 ਗ੍ਰਾਮ ਅਫੀਮ ਨਜਾਇਜ਼ ਬਰਾਮਦ ਹੋਈ ਹੈ। ਪੁੱਛਗਿੱਛ ਚੱਲ ਰਹੀ ਹੈ। ਇਹਨਾਂ ਦੀ ਜਿਹੜੀ ਏਜ ਹੈ ਉਹ 21 ਸਾਲ ਦੇ ਕਰੀਬ ਦੋਨਾਂ ਦੀ ਏਜ ਹੈਗੀ ਹੈ। ਇੱਕ ਦਾ ਨਾਂ ਸੌਰਵ ਕੁਮਾਰ ਹੈ, ਇੱਕ ਦਾ ਨਾਂ ਸੁਮਨ ਕੁਮਾਰ ਹੈ। ਲੁਧਿਆਣਾ ਹੁਣ ਤੱਕ ਦੀ ਜਿਹੜੀ ਪੁੱਛਗਿੱਛ ਹੈ ਅੱਜ ਹੀ ਫੜਿਆ, ਫਰਦਰ ਇਹਨਾਂ ਦਾ ਰਿਮਾਂਡ ਵੀ ਲੈਣਾ ਹੈਗਾ। ਡੀਪਲੀ ਇਨਵੈਸਟੀਗੇਸ਼ਨ ਕਰਕੇ ਅੱਗੇ ਪਤਾ ਲੱਗੂਗਾ ਕਿਹੜੇ ਬੰਦੇ ਹੈ।